ਨਹੀਂ ਅਜੇ ਬੜੇ ਇੰਨੀ ਜਲਦੀ ਤਾਂ ਕਿਸੇ ਨੂੰ ਅਸੀਂ ਰਿਸਪੋਂਸੀਬਲ ਨਹੀਂ ਕਰ ਸਕਦੇ। ਬੰਦੇ ਦੋਨੇ ਫੜ ਲਏ ਗਏ ਨੇ ਔਰ ADGP ਸਾਹਿਬ ਕੱਲ੍ਹ ਪਹੁੰਚ ਗਏ ਸੀ, ਸਾਡੇ ਸੈਕਟਰੀ ਹੋਮ ਹੁਸਨ ਲਾਲ ਜੀ ਇਕੱਠੇ ਦੇਖਣੇ ਕੱਲ੍ਹ ਵੀ ਆ ਗਏ ਸੀਗੇ, ਅੱਜ ਵੀ ਦੇਖ ਰਹੇ ਹਾਂ। ਔਰ ਇੱਥੋਂ ਦੇ IG ਜਿਹੜੇ ਤੁਹਾਡੇ ਪਟਿਆਲਾ ਰੇਂਜ ਨੇ ਉਹਨਾਂ ਨੇ ਜਿਹੜੇ ਦੋ ਬੰਦੇ ਫੜੇ ਆ ਉਹਨਾਂ ਦਾ ਰਿਮਾਂਡ ਮਿਲ ਗਿਆ, ਉਹਦੇ 'ਚ ਜਿਹੜੀ ਇਨਵੈਸਟੀਗੇਸ਼ਨ ਆਏਗੀ 4-5 ਦਿਨ ਬਾਅਦ ਤੁਹਾਡੇ ਨਾਲ ਦੁਬਾਰਾ ਸ਼ੇਅਰ ਕਰਾਂਗੇ। ਅਤੇ ਉਹਨਾਂ ਦਾ ਜਿਹੜੀ ਹੈਗੀ ਆ, ਅਸੀਂ ਜਿਹੜੀ ਕਰਨੀ ਸੀ, ਜੋ ਐਕਸ਼ਨ ਕਰਨਾ ਸੀ ਸਾਡੇ ਜੇਲ੍ਹ ਡਿਪਾਰਟਮੈਂਟ ਨੇ, ਉਹ ਅਸੀਂ ਕਰ ਲਿਆ ਔਰ ਅੱਗੇ ਜਿਹੜੀ ਫਰਦਰ ਜਿਹੜੀ ਆ ਇਨਵੈਸਟੀਗੇਸ਼ਨ ਚੱਲ ਰਹੀ ਹੈ ਪੂਰੀ ਤਹਿ ਤੱਕ ਪਹੁੰਚਾਂਗੇ ਔਰ ਇਹ ਮੈਨੂੰ ਦੱਸਿਆ ਜਾਏਗਾ। ਹਾਂ, ਇਹ ਜ਼ਰੂਰ ਹੈ ਕਿ ਜਿਹੜੀ ਉਹਨਾਂ ਦੀ ਸੈਟਰਡੇ ਇਹਨਾਂ ਦੀ ਮੁਲਾਕਾਤ ਹੁੰਦੀ ਸੀ ਅਤੇ ਉਹਦੇ ਵਿੱਚ ਜਿਹੜੀ ਹੈ ਕਿ ਮੁਲਾਕਾਤ ਦੇ ਸਮੇਂ ਤੋਂ ਜਿਹੜਾ ਟਾਈਮ ਦੀ ਗੱਲ ਹੈ ਉਹਦੇ ਵਿੱਚ ਉਹਨਾਂ ਨੇ ਕੋਈ ਕਰ ਦਿੱਤਾ ਹੈ। ਇਹ ਵਾਕਿਆ ਕਿ ਉੱਥੇ ਕੰਸਟਰਕਸ਼ਨ ਚੱਲ ਰਹੀ ਸੀ, ਇਹਨਾਂ ਦਾ ਰਸਤਾ ਵੀ ਵੱਖਰਾ ਹੁੰਦਾ ਸੀ ਅਤੇ 2-4 ਦਿਨ ਤੋਂ ਇਹ ਰਸਤਾ ਇਹ ਖੁੱਲ੍ਹਿਆ ਸੀ ਕਿ ਤਾਂ ਕਿ ਉੱਧਰ ਕੰਸਟਰਕਸ਼ਨ ਜਿਹੜੀਆਂ ਨਵੀਂ ਦੀਵਾਰ ਬਣ ਰਹੀ ਸੀ ਉਹਦੀ ਕੰਸਟਰਕਸ਼ਨ ਜਿਹੜੀ ਚਾਲੂ ਸੀ। ਨਹੀਂ, ਸਸਪੈਂਸ਼ਨ ਦੇ ਨਾਲ ਹੱਲ ਨਹੀਂ, ਪਰ ਉਹਦੇ 'ਚ ਇਹ ਤਾਂ ਕੀਤਾ ਹੀ ਜਾ ਸਕਦਾ ਨਾ ਕਿ ਇਹਨਾਂ ਦੇ ਨਾਲ ਪੂਰੀ ਸਿਕਿਉਰਿਟੀ ਜਿਹੜੀ ਕਿ ਜਾਣੀ ਚਾਹੀਦੀ। ਹਾਂ, ਜ਼ਰੂਰ 2 ਬੰਦੇ ਉਹਦੇ ਨਾਲ ਸਿਕਿਉਰਿਟੀ ਵਾਲੇ ਗਏ ਨੇ ਅਤੇ ਉਹਨਾਂ ਨੂੰ ਉਹਨਾਂ ਨੇ ਓਵਰ ਕਰ ਲਿਆ। ਨਹੀਂ, ਉਹ ਹੁਣ ਕਰਾਂਗੇ, ਉਹ ਕਿਉਂਕਿ ਉਹ ਕਲਾਸ 1 ਆਫਿਸਰ ਆ, ਉਹਨੂੰ ਜਿਹੜੀ ਹੈ ਕਿ ਇਹ ADGP ਸਾਹਿਬ ਅਤੇ ਸੈਕਟਰੀ ਸਾਹਿਬ ਨਾਲ ਆਏ ਨੇ, ਇਹਦੀ ਜਿਹੜੀ ਰਿਪੋਰਟ 1-2 ਦਿਨ 'ਚ ਆ ਜਾਏਗੀ। ਹਾਂਜੀ, ਅਜੇ ਇੰਨੀ ਜਲਦੀ ਮੈਂ ਉਹ ਕਹਿ ਨਹੀਂ ਸਕਦਾ ਕਿਉਂਕਿ ਜਿਹੜੀ ਡਿਸਟ੍ਰਿਕਟ ਪੁਲਿਸ ਆ ਉਹ ਇੰਟਰੋਗੇਸ਼ਨ ਜਿਹੜੀ ਆ ਜਾਂ ਉਹਨਾਂ ਨੇ ਜਿਹੜਾ ਰਿਮਾਂਡ ਲਿਆ ਉਹਦੇ 'ਚ ਦੱਸਣਗੇ ਅਤੇ ਉਹਦੇ ਬਾਅਦ ਸਾਨੂੰ ਸਾਰਾ ਪਤਾ ਲੱਗੇਗਾ ਔਰ ਕੀਤਾ ਜਾਊਗਾ। ਪਰ ਇਹਦੇ 'ਚ ਬਿਲਕੁਲ ਇਹਦੇ 'ਚ ਜਿਹੜੀ ਬੜੀ ਵੱਡੀ ਗੱਲ ਹੋਈ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਮੇਨ ਅਕਿਊਜ਼ਡ ਦਾ ਅੰਦਰ ਹੋਣਾ, ਇਹਦੀ ਇਹ ਤਹਿ ਤੱਕ ਜ਼ਰੂਰ ਪਹੁੰਚਣਾ ਪਏਗਾ ਔਰ ਪਹੁੰਚਾਂਗੇ। ਨਹੀਂ, ਇਹਨੂੰ ਮੈਂ ਨਹੀਂ ਕਹਿ ਸਕਦਾ ਕਿ ਅਜੇ ਮੈਨੂੰ ਵੀ ਨਹੀਂ ਪਤਾ ਕਿ ਕੇਸ ਪੂਰਾ ਕੀ ਹੈ ਕਿਉਂਕਿ SIT ਜਾਂ ਉਹਨਾਂ ਨੂੰ ਪਤਾ ਹੋਏਗਾ। ਮੈਂ ਤਾਂ ਇਹ ਕਹਿ ਸਕਦਾ ਕਿ ਮੇਨ ਅਕਿਊਜ਼ਡ ਸੀਗਾ ਔਰ ਇਹਨਾਂ ਦੀ ਪੂਰੀ ਜਿਹੜੀ ਅਸੀਂ ਰੱਖੀ ਸੀਗੀ ਸਿਕਿਉਰਿਟੀ, ਪਰ ਜਿਹੜੀ ਸ਼ਾਮ ਨੂੰ ਇਹ ਇੰਸੀਡੈਂਟ ਹੋਇਆ ਕਿਉਂਕਿ ਜਦੋਂ ਉਹਦਾ TV ਆਇਆ ਸੀ, TV ਲੈਣ ਲਈ ਉਹ ਆਪ ਜਾ ਰਿਹਾ, ਉਹਦੇ 'ਚ ਅਸੀਂ ਵੇਖਾਂਗੇ ਕਿ ਉਹਨੂੰ ਆਪ ਦੇ ਜਾਣ ਦੀ ਬਜਾਏ ਉਹਦੇ ਕੋਲ ਭੇਜ ਦੇਣਾ ਚਾਹੀਦਾ ਸੀ। ਸੁਖਬੀਰ ਬਾਦਲ ਦਾ ਕਹਿਣਾ ਵੀ ਕਾਂਗਰਸ ਦੇ ਰਾਜ ਦੇ ਵਿੱਚ ਇਨਕਾਊਂਟਰ ਹੁੰਦੇ ਨੇ, ਕਿਹੜੇ ਇਨਕਾਊਂਟਰ ਹੋ ਰਹੇ ਨੇ ਜਿਹੜੇ ਜੇਲ੍ਹ ਦੇ ਵਿੱਚ ਜੇ ਕੋਈ ਹੋਇਆ ਜੀ ਇਨਕਾਊਂਟਰ ਜੇਲ੍ਹ 'ਚ ਕਿਹੜੀਆਂ ਨੇ? ਉਹ ਤੇ ਕੱਲ ਜਦੋਂ ਇਹ ਆਪ ਚੀਫ ਹੈਗਾ ਸੀਗਾ ਤੇ ਉਦੋਂ ਜੇਲ੍ਹ ਬ੍ਰੇਕ ਤੇ ਇਹਦੇ ਟਾਈਮ ਤੇ ਕਿਤੇ ਉਹ ਤੇ ਨਹੀਂ ਪੁਰਾਣਾ ਸੁਪਨਾ ਇਹਨੂੰ ਆ ਗਿਆ, ਮੇਰੇ ਖਿਆਲ ਉਹ ਸੁਪਨਾ ਆਇਆ ਹੋਣਾ ਤੇ ਉਹ ਚੀਜ਼ ਹੋਈ ਗਈ। ਵੇਖੋ, ਮੈਂ ਅੰਦਰ ਜਿਹੜੇ ਮਿਲ ਕੇ ਆਇਆ ਚੀਫ ਮਿਨਿਸਟਰ ਸਾਹਿਬ ਨੇ, ਕਿਉਂਕਿ ਮੇਰਾ ਇੱਥੋਂ ਤੱਕ ਜਿੱਥੇ CM ਸਾਹਿਬ ਭੇਜਣਗੇ ਉੱਥੇ ਜਾਣ ਨੂੰ ਮੈਂ ਹਰ ਥਾਂ ਤਿਆਰ ਹਾਂ। ਨਹੀਂ, ਰਾਤੋ ਰਾਤ ਨਹੀਂ, ਵੇਖੋ ਜਿਹੜਾ ਸੈਂਸਿਟਿਵ ਕੇਸ ਹੁੰਦਾ ਉਹਦਾ ਰਾਤ ਨੂੰ ਵੀ ਪੋਸਟਮਾਰਟਮ ਹੁੰਦਾ। ਇਹ ਤਾਂ ਨਹੀਂ ਕੀਤਾ ਕਿ ਸੰਸਕਾਰ ਨਹੀਂ ਅਸੀਂ ਰਾਤੋ ਰਾਤ ਕੀਤਾ, ਉਹਨਾਂ ਦੇ ਕਿਉਂਕਿ ਰਿਸ਼ਤੇਦਾਰ ਨੇ ਉਹਨਾਂ ਦੇ ਵੇਟ ਕਰ ਰਹੇ ਸੀ, ਉਹਨਾਂ ਦੇ ਕਹਿ ਕੇ ਉਹਨੂੰ ਪੋਸਟਮਾਰਟਮ ਕਰ। ਵੇਖੋ, ਮੈਂ ਤਾਂ ਆਪਣੇ ਡੇਰਾ ਬਾਬਾ ਨਾਨਕ ਸੀ ਉੱਥੋਂ ਸਿੱਧਾ ਹੀ ਆਇਆ ਔਰ ਮੇਰੇ ਖਿਆਲ ਲਾਅ ਐਂਡ ਆਰਡਰ ਪੂਰਾ ਕੰਟਰੋਲ 'ਚ ਆ
ਔਰ ਜਿਹੜੀ ਫੋਰਸਿਸ ਤੁਸੀਂ ਅਖਬਾਰਾਂ 'ਚ ਵੀ ਪੜ੍ਹਿਆ ਵੇਖੋ ਜਿਹੜਾ ਮਰਡਰ ਕੇਸ ਹੁੰਦਾ ਮਰਡਰ ਦੀ ਧਾਰਾ ਲੱਗੇਗੀ ਹੋਰ ਵੀ ਜਿਹੜੀ ਹੋਣਗੇ ਭਾਈ ਜੀ ਸਾਹਿਬ ਜਿਹੜੇ ਇੱਥੋਂ ਦੇ ਇਹ ਤੇ ਜਿਹੜੀ ਐਸ ਆਈ ਟੀ ਆ ਉਹਨੂੰ ਮੈਂ ਨਹੀਂ ਖਾਰਜ ਕਰ ਸਕਦਾ ਇਹ ਗਵਰਨਮੈਂਟ ਜਾਂ ਪੰਜਾਬ ਪੁਲਿਸ ਉਹਦੇ 'ਤੇ ਕੋਈ ਕਰ ਸਕਦਾ ਮੈਂ ਸਿਰਫ ਜੇਲ੍ਹ ਦਾ ਵੇਖਣਾ ਕਿ ਜਿਹੜੀਆਂ ਕੀ ਗਲਤੀਆਂ ਨੇ ਕੀ ਉਣਤਾਈਆਂ ਸੀ ਉਹਦੇ 'ਚ ਅਸੀਂ ਕਿਉਂਕਿ ਸਾਡੀਆਂ ਕਿੰਨੀ 11 ਜੇਲ੍ਹਾਂ 'ਚ ਚੱਲ ਰਹੀ ਹੈ ਜੀ ਹਾਈ ਸਕਿਉਰਿਟੀ ਜਿਹੜੇ ਚੋਣਸ ਨੇ ਉਹਨਾਂ ਦੀ ਕੰਸਟਰਕਸ਼ਨ ਜਿਹੜੀ ਉਹ ਅਸੀਂ ਸਾਰੀ ਕੀਤੀ ਹੈ ਕਿ ਇਹਨਾਂ ਨੂੰ ਹੋਰ ਪ੍ਰੋਟੈਕਸ਼ਨ ਕੀਤੀ ਪਰ ਉਹਦੇ 'ਚ ਜਿਹੜਾ ਕੋਈ ਰਸਤੇ ਦੀ ਜਿਹੜੀ ਗੱਲ ਆ ਗਈ ਕਿ ਉੱਧਰ ਵੀ ਟਾਈਲਾਂ ਲੱਗ ਰਹੀਆਂ ਸੀ ਉਹਨੇ ਉੱਧਰ ਨੂੰ ਚਲਾ ਗਿਆ ਉਹਦੇ 'ਚ ਸਾਡੀ ਜ਼ਰੂਰ ਉਹਨਾਂ ਨੂੰ ਕਹਿੰਦੇ ਕਿ ਅਸੀਂ ਪੀਸਫੁਲੀ ਉਹ ਰਹਿਣ ਔਰ ਨਹੀਂ ਇੱਥੋਂ ਦੀ ਜਿਹੜੀ ਜੇਲ੍ਹ 'ਤੇ ਆ ਜਦੋਂ ਦੇ ਸਾਡੇ ਕੋਲ ਸੀ ਪੂਰੇ ਇਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਗਈ ਸੀ ਔਰ ਉਹਨਾਂ ਨੂੰ ਮੈਂ ਅੰਦਰ ਪੁੱਛਿਆ ਕਹਿੰਦੇ ਜੀ ਸਾਨੂੰ ਕਦੀ ਵੀ ਬਾਹਰੋਂ ਕਿਸੇ ਕੈਦੀ ਨੇ ਵੀ ਕਦੀ ਅਜੇ ਤੱਕ ਥ੍ਰੈਟ ਨਹੀਂ ਸੀ ਕੀਤਾ ਅਤੇ ਨਾ ਸਾਨੂੰ ਕਦੀ ਜੇਲ੍ਹ ਡਿਪਾਰਟਮੈਂਟ ਵੱਲੋਂ ਇਹੋ ਜਿਹੀ ਕੋਈ ਆਈ ਹੈ ਉਹਨਾਂ ਨੇ ਪਤਾ ਨਹੀਂ ਕਿਹੜੇ ਜਿਹਦੇ ਨਾਲ ਆਪਾਂ ਸਾਰਾ ਮਿਲ ਕੇ ਆਏ ਹਾਂ ਜੀ ਅੰਦਰ ਉਹਨਾਂ ਨੂੰ ਮੈਂ ਸਾਰੇ ਪ੍ਰੇਮੀਆਂ ਦੇ ਨਾਲ ਗੱਲ ਕਰਕੇ ਆਇਆ ਮਿਲ ਕੇ ਆਇਆ ਅਸੀਂ ਉਹਨਾਂ ਨੂੰ ਸਾਰਾ ਪੁੱਛਿਆ ਕਿ ਤੁਹਾਨੂੰ ਕਦੀ ਕਿਸੇ ਦੀ ਥ੍ਰੈਟ ਆਇਆ ਹੋਵੇ ਤੁਹਾਨੂੰ ਕਦੀ ਕਿਸੇ ਵੱਲੋਂ ਕਦੀ ਇਹੋ ਜਿਹੀ ਧਮਕੀ ਮਿਲੀ ਹੋਏ ਤਾਂ ਉਹਨਾਂ ਕਹੀ ਸਾਨੂੰ ਆ ਪਹਿਲੀ ਵਾਰੀ ਹੋਇਆ ਕਦੀ ਵੀ ਇਹੋ ਜਿਹੀ ਗੱਲ ਨਹੀਂ ਹੋਈ ਕਿ ਈਵਨ ਕਹਿੰਦੇ ਅਸੀਂ ਆਪਸ ਵਿੱਚ ਕਦੀ ਸਾਹਮੋ ਸਾਹਮਣੇ ਮਿਲੇ ਵੀ ਨਹੀਂ ਕਿ ਅਸੀਂ ਅਲੱਗ ਰਸਤੇ ਰਾਹੀਂ ਜਾਂਦੇ ਸੀ ਅਲੱਗ ਰਾਹੀਂ ਵਾਪਸ ਆਉਂਦੇ ਸੀ ਮੰਤਰੀ ਸਾਹਿਬ ਵੱਡੀ ਜਿਹੜਾ ਸਵਾਲ ਪੰਜਾਬ ਦੇ ਲੋਕ ਕਰ ਰਹੇ ਕੀ ਦੁਬਾਰਾ ਇਸ ਤਰ੍ਹਾਂ ਦੀ ਘਟਨਾ ਨਾ ਆਵੇ ਕੀ ਕਾਰਵਾਈ ਕਰੇਗੀ ਇਹਦੇ 'ਚ ਹੁਣ ਜਿਹੜੀ ਆ ਕਿ ਅਸੀਂ ਪਹਿਲਾਂ ਵੀ ਆਪਣੀਆਂ ਜਿਹੜੀਆਂ ਪ੍ਰਪੋਜ਼ਲ ਬਣਾ ਕੇ ਦਿੱਤੇ ਸਭ ਤੋਂ ਵੱਡੀ ਜਿਹੜੀ ਪ੍ਰੋਬਲਮ ਆ ਇਹ ਜੇਲ੍ਹ ਡਿਪਾਰਟਮੈਂਟ ਦੀ ਉਹ ਇਹ ਹੈ ਕਿ ਪੁਲਿਸ ਡਿਪਾਰਟਮੈਂਟ ਵਾਲੇ ਪੁਲਿਸ ਜਿਹੜੀ ਹੈ ਪੰਜਾਬ ਦੀ ਜਾਂ ਕੋਈ ਵੀ ਇੰਡੀਆ ਦੀ ਕੋਈ ਪੁਲਿਸ ਆ ਉਹ ਸਟੇਟਮੈਂਟ ਦਿੰਦੇ ਆ ਕਿ ਅਸੀਂ ਆਹ ਗੈਂਗਸਟਰ ਫੜ ਲਏ ਆਹ ਗੁੰਡੇ ਫੜ ਲਏ ਆਹ ਉਹਨਾਂ ਨੂੰ ਫੜ ਕੇ ਅਸੀਂ ਜੇਲ੍ਹ 'ਚ ਭੇਜ ਦਿੱਤਾ ਉਹ ਤਾਂ ਬਾਹਰ ਬਿਲਕੁਲ ਆਪਣੇ ਆਪ 'ਚ ਉਹਨਾਂ ਨੇ ਤਾਂ ਜੇਲ੍ਹ 'ਚ ਭੇਜਦੇ ਅਤੇ ਜੇਲ੍ਹ ਡਿਪਾਰਟਮੈਂਟ ਪੂਰੇ ਹਿੰਦੁਸਤਾਨ ਦਾ ਇਹੋ ਜਿਹਾ ਕਿ ਸਾਡੇ ਕੋਲ ਪੂਰੀ ਜਿਹੜੀ ਹੈਗੀ ਆ ਵਿਵਸਥਾ ਹੀ ਹੈ ਨਹੀਂ ਕਿ ਉਹਨਾਂ ਨੂੰ ਕਿਵੇਂ ਕਰਨਾ ਕੀ ਕਰਨਾ ਅਸੀਂ ਕਈ ਵਾਰ ਕਹਿ ਦਿੱਤਾ ਕਿ ਸਾਨੂੰ ਬੋਡੀ ਸਕੈਨਰ ਦੇ ਦਿਓ ਹਾਈ ਸਕਿਉਰਿਟੀ ਜ਼ੋਨ ਬਣਾ ਦਿਓ ਈਵਨ ਸਾਡੇ ਕੋਲ ਜਿਹੜੀ ਜੇਲ੍ਹ ਡਿਪਾਰਟਮੈਂਟ ਲਈ ਪੂਰਾ ਪੈਸਾ ਪੂਰੀ ਫੰਡਿੰਗ ਵੀ ਨਹੀਂ ਆਉਂਦੀ ਅਤੇ ਅਸੀਂ ਆਪਣੇ ਹਿਸਾਬ ਕਿਤਾਬ ਨਾਲ ਕੋਈ ਜੋੜ ਤੋੜ ਕਰਕੇ ਅਸੀਂ ਉਹ ਕਰ ਰਹੇ ਹਾਂ ਇਹ ਸਭ ਤੋਂ ਵੱਡੀ ਗੱਲ ਇਹ ਹੋਣੀ ਚਾਹੀਦੀ ਕਿ ਗਵਰਨਮੈਂਟ ਆਫ ਇੰਡੀਆ ਵੱਲੋਂ ਜਿੱਦਾਂ ਪੁਲਿਸ ਮਾਡਰਨਾਈਜੇਸ਼ਨ ਦੀ ਗੱਲ ਚੱਲਦੀ ਆ ਜੇਲ੍ਹ ਮਾਡਰਨਾਈਜੇਸ਼ਨ ਜਿਹੜੇ ਗੁੰਡੇ ਅਤੇ ਜਾਂ ਬਦਮਾਸ਼ ਜੇਲ੍ਹਾਂ 'ਚ ਨੇ ਉਹਨਾਂ ਦੀ ਸਿਕਿਉਰਿਟੀ ਕਰਨ ਲਈ ਵੱਧ ਤੋਂ ਵੱਧ ਫੰਡਿੰਗ ਜਿਹੜੀ ਆ ਇਹ ਗਵਰਨਮੈਂਟ ਆਫ ਇੰਡੀਆ ਦਾ ਜਿੱਥੇ ਸਟੇਟ ਗਵਰਨਮੈਂਟ ਕਰਦੀਆਂ ਨੇ ਉੱਥੇ ਗਵਰਨਮੈਂਟ ਆਫ ਇੰਡੀਆ ਨੂੰ ਜਿੱਦਾਂ ਪੁਲਿਸ ਨੂੰ ਆਉਂਦਾ ਇਸੇ ਤਰ੍ਹਾਂ ਜੇਲ੍ਹ ਡਿਪਾਰਟਮੈਂਟ ਨੂੰ ਵੱਖਰਾ ਪੈਸਾ ਆਉਣਾ ਚਾਹੀਦਾ ਇੱਕ ਵਾਰੀ ਨਹੀਂ ਮੈਂ ਅਤੇ ਸਾਡੇ ਹੋਮ ਸੈਕਟਰੀ ਪ੍ਰਿਜ਼ਨ ਜਿਹੜੇ ਨੇ ਉਹ ADGP ਸਾਹਿਬ ਅਸੀਂ ਅਤੇ ਹੋਮ ਸੈਕਟਰੀ ਨਾਲ ਵੀ ਮੀਟਿੰਗ ਕਰਕੇ ਗਵਰਨਮੈਂਟ ਆਫ ਇੰਡੀਆ ਦੇ ਨਾਲ ਕਿ ਸਾਨੂੰ ਆ 100 ਕਰੋੜ ਚਾਹੀਦਾ ਇਹਦੇ ਲਈ ਭੇਜੋ ਅਸੀਂ ਆਪਣੀਆਂ ਜੇਲ੍ਹਾਂ ਨੂੰ ਸਟਰੈਂਥਨ ਕਰੀਏ ਪਰ ਉਹਨਾਂ ਦੇ ਆਪਣੇ ਕੋਈ ਹੋਣ ਗਿਆ ਵੇਖੋ ਪੰਜਾਬ ਜਿਹੜਾ ਇਹ ਆਪਣੀ ਬਾਰਡਰ ਸਟੇਟ ਆ ਇੱਥੇ ਬੜੀਆਂ ਵੱਡੀਆਂ ਵਾਰਦਾਤਾਂ ਹੁੰਦੀਆਂ ਨੇ ਉਹਨਾਂ ਨੂੰ ਅਸੀਂ ਇਹ ਵੀ ਦੱਸ ਕੇ ਆਏ ਕਿ ਸਾਡੀਆਂ ਜਿਹੜੀਆਂ ਜੇਲ੍ਹਾਂ ਨੇ ਜਾਂ J&K ਜਾਂ ਹੋਰ ਕੋਈ ਜਿਹੜੀ ਬਾਰਡਰ 'ਤੇ ਇਹਨਾਂ ਨੂੰ ਤੁਹਾਨੂੰ ਵੱਖਰੇ ਤੌਰ 'ਤੇ ਇਹਨਾਂ ਨੂੰ ਫੰਡਿੰਗ ਕਰਨੀ ਚਾਹੀਦੀ ਮੈਂ ਤਾਂ ਉਹਨਾਂ ਨੂੰ ਇਹ ਕਹਿੰਦਾ ਕਿ ਸ਼ਾਂਤੀ ਨਾਲ ਰਹਿਣ ਔਰ ਜਿਹੜਾ ਪੰਜਾਬ 'ਚ ਜਿਹੜੇ ਭਾਈਚਾਰਕ ਸਾਂਝ ਆ ਇਹਨੂੰ ਨਾ ਖਤਮ ਕਰਨ।